ਕਿਸੇ ਕੋਈ ਮੰਤਰੀ ਹੈਗੇ ਨਰਿੰਦਰ ਤੋਮਰ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਕੋਵਿਡ ਜਿਹੜਾ ਹੈ ਵੱਧਦਾ ਜਾ ਰਿਹਾ ਹੈ ਇਹਦਾ ਵਧਣ ਦਾ ਖਤਰਾ ਬਾਰਡਰਾਂ ਤੇ ਜ਼ਿਆਦਾ ਹੈਗਾ ਹੈ ਤੇ ਇਸ ਲਈ ਕਿਸਾਨਾਂ ਨੂੰ ਪਰਤ ਜਾਣਾ ਚਾਹੀਦਾ ਹੈ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਮੇਰਾ ਖਿਆਲ ਉਹਨਾਂ ਨੇ ਕੋਈ ਸਾਇੰਟਿਫਿਕ ਐਵਿਡੈਂਸ ਨਾਲ ਬੋਲ ਨਹੀਂ ਉੱਥੇ ਹਾਰਟ ਅਟੈਕ ਦੇ ਆਏ ਸਕਿਨ ਡਿਜ਼ੀਜ਼ ਆਏ ਹੋਰ ਹਜ਼ਾਰ ਬਿਮਾਰੀਆਂ ਆਈਆਂ ਉੱਥੇ ਕੋਵਿਡ ਸਿੰਪਟਮਸ ਵਾਲੇ ਬੰਦੇ ਨਹੀਂ ਹਾਲਾਂਕਿ ਹਰ ਬੰਦਾ ਇੱਕ ਦੂਜੇ ਨੂੰ ਟੱਚ ਕਰ ਰਿਹਾ ਮਿਨਿਸਟਰ ਸਾਹਿਬ ਨੇ ਸਾਇੰਟਿਫਿਕਲੀ ਉਹਨਾਂ ਸਟੇਟਮੈਂਟ ਗਲਤ ਹੈਗੀ ਹੈ ਐਗਜ਼ਿਸਟਿੰਗ ਸਾਇੰਟਿਫਿਕ ਐਵਿਡੈਂਸ ਦੇ ਮੁਤਾਬਿਕ ਵੀ ਗਲਤ ਹੈ ਉਹ ਭਾਰੀ ਹੋ ਗਿਆ ਹੈ ਉਸ ਨੂੰ ਕਿਸ ਤਰੀਕੇ ਨਾਲ ਚੈਲੇਂਜ ਕੀਤਾ ਜਾਏਗਾ
ਸਮਾਜ ਵਿੱਚ ਪਲਦਾ ਕਾਨੂੰਨ ਨਾਲ ਜਜਮੈਂਟ ਨਾਲ ਨਹੀਂ ਹੁੰਦਾ ਸਮਾਜ ਵਿੱਚ ਪਲਦਾ ਜਿਹੜੇ ਸਮਾਜ ਦੇ ਲੋਕਾਂ ਦੀ ਸੇਵਾ ਕਰਦੇ ਨੇ ਜੇ ਸਾਰੇ ਬੰਦੇ ਨਫ਼ਰਤ ਕਰਨ ਲੱਗ ਪਏ ਵੱਡੇ ਸਕੂਲਾਂ ਵਿੱਚ ਬੱਚੇ ਉਹਨਾਂ ਨੂੰ ਪੜ੍ਹਾਉਣੇ ਬੰਦ ਕਰ ਦਿੰਦੇ ਕਿੰਨਾ ਔਖਾ ਹੋ ਜਾਏਗਾ ਜੇ ਹਰ ਰੋਜ਼ ਸਕੂਲਾਂ ਅੱਗੇ ਪਥਰਾ ਹੋ ਕੇ ਧਰਨੇ ਹੋ ਜਾਂਦੇ ਸਕੂਲ ਕਿੰਨੀ ਦੇਰ ਚੱਲ ਜਾਣਗੇ ਜੇ ਕੋਈ ਟੀਚਰ ਮੰਨ ਕਰਕੇ ਉੱਥੇ ਛੱਡ ਕੇ ਛੋਟੇ ਸਕੂਲ ਜਾਏ ਤਾਂ ਕਿੰਨਾ ਮੁਸ਼ਕਲ ਹੋ ਜਾਏ ਸਰਕਾਰੀ ਸਕੂਲ ਚਲਾਉਣੇ ਮੁਸ਼ਕਲ ਹੋ ਗਏ ਕਿਉਂਕਿ ਉਹ ਬਦਨਾਮ ਹੋ ਗਏ ਹਾਲੇ ਤੱਕ ਚੰਗੇ ਸਕੂਲਾਂ ਦੀ ਬੜੀ ਸੋਹਣੀ ਇੱਜ਼ਤ ਸੀ ਅਗਰ ਜੇ ਉਹ ਇੱਦਾਂ ਦੇ ਕੰਮ ਕਰਦੇ ਰਹਿਣਗੇ ਤਾਂ ਉਹ ਸਮਾਜ ਵਿੱਚ ਸਾਰੀ ਉਹਨਾਂ ਦੀ ਇੱਜ਼ਤ ਖਤਮ ਹੋ ਜਾਏਗੀ ਜਿਹੜਾ ਉਹ ਕਹਿੰਦੇ ਸੀ ਨੋਬਲ ਪ੍ਰੋਫੈਸ਼ਨ ਹੈ ਉਹ ਨੋਬਲ ਪ੍ਰੋਫੈਸ਼ਨ ਨਹੀਂ ਰਹਿ ਜਾਏਗਾ ਅਤੇ ਜਦੋਂ ਟੀਚਰ ਆਪਣੇ ਸਮਾਜ ਦੇ ਵਿੱਚ ਉਹਨਾਂ ਦੀ ਨਜ਼ਰਾਂ ਵਿੱਚ ਉਹਨਾਂ ਦੇ ਲੱਗੇ ਕਿ ਉਹ ਤਾਂ ਇਹ ਤਾਂ ਇੱਕ ਤਰ੍ਹਾਂ ਦਾ ਪ੍ਰੋਫਿਟ ਮੇਕਿੰਗ ਐਕਟੀਵਿਟੀ ਹੋ ਗਈ ਹਾਲੇ ਵੀ ਕਾਨੂੰਨ ਦੇ ਮੁਤਾਬਿਕ ਪ੍ਰੋਫਿਟ ਮੇਕਿੰਗ ਐਕਟੀਵਿਟੀ ਨਹੀਂ ਹੈ ਜੇ ਉਹ ਫੋਰਸ ਚਲਾ ਕੇ ਹੀ ਉਹ ਫੀਸ ਲੈ ਸਕਦੇ ਨੇ ਸਭ ਤੋਂ ਪਹਿਲਾਂ ਸਕੂਲ ਕੋਲ ਤਾਂ ਅਸੀਂ ਅਕਾਊਂਟ ਨਹੀਂ ਦਿਖਾਉਂਦੇ ਤੁਸੀਂ ਸੋਚ ਸਕਦੇ ਕਿ ਕੋਈ ਬੰਦਾ ਕਹਿੰਦਾ ਕਿ ਮੇਰੇ ਕੋਲ ਪੈਸਾ ਨਹੀਂ ਹੈ ਬਟ ਬੈਲੈਂਸ ਸ਼ੀਟ ਨਹੀਂ ਅਸੀਂ ਦਿਖਾਉਂਦੇ ਉਹੀ ਗੱਲ ਉਹ ਕਈ ਜਾਂਦੇ ਵਾਰ ਵਾਰ ਕੋਟ ਕਿ ਹਾਂ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਟੀਚਰ ਨੂੰ ਫੀਸ ਦੇ ਸਕਦੇ ਬਟ ਬੈਲੈਂਸ ਸ਼ੀਟ ਨਹੀਂ ਦਿਖਾਉਂਦੇ ਬੈਲੈਂਸ ਸ਼ੀਟ ਨਹੀਂ ਦਿਖਾਉਂਦੇ ਔਰ ਸਕੂਲ ਨੇ ਉਹਨਾਂ ਨੂੰ ਰਿਲੀਫ ਦੇ ਦਿੱਤੀ ਫੋਰ ਦਾ ਟਾਈਮਿੰਗ ਤੁਸੀਂ ਬੈਲੈਂਸ ਸ਼ੀਟ ਨਾ ਦਿਖਾਓ ਸੋ ਸਾਡਾ ਤਾਂ ਇਹ ਹੈਗਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਸੋਸ਼ਲ ਵੀ ਹੈ ਮੋਰਲ ਵੀ ਹੈ ਧਾਰਮਿਕ ਵੀ ਹੈ ਲੀਗਲ ਨਹੀਂ ਕਿਉਂਕਿ ਅਸੀਂ ਦਿਖਾਉਣਾ ਚਾਹੁੰਦੇ ਕਿ ਸਮਾਜ ਹਮੇਸ਼ਾ ਕਾਨੂੰਨ ਤੋਂ ਵੱਡਾ ਹੁੰਦਾ ਤੁਸੀਂ ਜਿਹੜਾ ਮਰਜ਼ੀ ਕਾਨੂੰਨ ਬਣਾ ਦਿਓ ਸਮਾਜ ਨੂੰ ਐਕਸੈਪਟ ਨਹੀਂ ਕਰਦਾ ਤਾਂ ਕਾਨੂੰਨ ਵਾਪਸ ਹੁੰਦੇ ਆ ਕਾਨੂੰਨ ਨੂੰ ਕੋਈ ਓਬੀਡੀਐਂਸ ਨਹੀਂ ਹੁੰਦੀ ਕਾਨੂੰਨ ਸਿਰਫ ਪੇਪਰ ਦੇ ਵਿੱਚ ਰਹਿ ਜਾਂਦਾ ਉਸੇ ਤਰ੍ਹਾਂ ਦੇ ਜਿਹੜੇ ਫੈਸਲੇ ਵੀ ਹੁੰਦੇ ਆ ਵੱਡੇ ਕੋਰਟਾਂ ਦੇ ਸੁਪਰੀਮ ਕੋਰਟ ਦੇ ਜੇ ਉਹ ਬਿਲਕੁਲ ਸਮਾਜ ਦੇ ਹਿੱਤ ਵਿੱਚ ਨਹੀਂ ਹੈ ਤਾਂ ਕੋਈ ਉਹਨੂੰ ਫੋਲੋ ਨਹੀਂ ਕਰੇਗਾ ਇਹ ਗੱਲ ਅਸੀਂ ਅੱਜ ਸਰਕਾਰ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਵੱਡੇ ਸਕੂਲਾਂ ਦੇ ਅੱਗੇ ਰੱਖਣਾ ਚਾਹੁੰਦੇ ਹਾਂ ਕਿ ਦੇਖੋ ਹੁਣ ਕੰਟਰਾਸਟ ਹੋ ਗਿਆ ਹੁਣ ਇੱਕ ਭਾਈ ਲਾਲੋ ਦੇ ਸਕੂਲ ਹੈ ਇੱਕ ਭਾਈ ਮਲਿਕ ਦੇ ਬਾਬਾ ਮਲਿਕ ਨੇ ਵੀ ਅਲਟੀਮੇਟਲੀ ਇਹ ਸੱਚਾਈ ਨੂੰ ਜਾਣ ਕੇ ਆਪਣਾ ਧਨ ਵੰਡ ਦਿੱਤਾ ਸੀ ਸਮਾਜ ਵਿੱਚ ਅਤੇ ਬਾਕੀ ਭਗਤੀ ਔਰ ਸੇਵਾ 'ਚ ਲੱਗ ਗਿਆ ਸੀ ਹੁਣ ਵੱਡੇ ਸਕੂਲਾਂ ਨੂੰ ਮੌਕਾ ਹੈ ਕਿ ਸਮਾਜ ਦੀ ਸੇਵਾ 'ਚ ਲੱਗ ਰਿਹਾ ਤੁਹਾਨੂੰ ਬਹੁਤ ਮੌਕਾ ਮਿਲਿਆ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ ਤੁਸੀਂ ਪੜ੍ਹਾਈ ਕਰਾ ਦਿਓ ਬੱਚਿਆਂ ਦੀ ਇਹ ਵੱਡੀ ਮੁਸੀਬਤ ਹੈ ਦੇਸ਼ ਦੇ ਪੰਜਾਬ ਦੇ ਜੋ ਪਿੰਡਾਂ ਦੇ ਵਿੱਚ ਕਿ ਬੱਚੇ ਵਿਹਲੇ ਬੈਠੇ ਆ ਜੇ ਤੁਸੀਂ ਇੱਕ ਸਾਲ ਮਿਹਨਤ ਕਰਾ ਦੋਗੇ ਤਾਂ ਉਹੀ ਬੱਚੇ ਤੁਹਾਨੂੰ ਫੀਸ ਤਾਂ ਦੇਣਗੇ ਹਰ ਪੇਰੈਂਟਸ ਚਾਹੁੰਦਾ ਕਿ ਮੈਂ ਫੀਸ ਦੇਵਾਂ ਆਫਟਰ ਇੰਨੇ ਸਾਲਾਂ ਤੋਂ ਅਸੀਂ ਫੀਸ ਦੇ ਰਹੇ ਹਾਂ ਅਤੇ ਤੁਸੀਂ ਕਿਉਂ ਮਜਬੂਰ ਹੋ ਕਿਉਂਕਿ ਜਦੋਂ ਮਜਬੂਰ ਕਰਦੇ ਪੇਰੈਂਟਸ ਨੂੰ ਉਦੋਂ ਦੁੱਖ ਹੁੰਦਾ ਜਦੋਂ ਬੱਚਿਆਂ ਦੀ ਫੀਸ ਦੇ ਹੁੰਦੀ ਹੈ ਹਿਊਮਨੇਸ਼ਨ ਦੀ ਉਦੋਂ ਦੁੱਖ ਹੁੰਦਾ ਸਾਨੂੰ ਵੀ ਉਦੋਂ ਦੁੱਖ ਹੁੰਦਾ ਜਦੋਂ ਬੱਚਿਆਂ ਨੂੰ ਫੋਨ ਆਉਂਦੇ ਮੈਸੇਜ ਆਉਂਦੇ ਵਟਸਐਪ ਤੁਸੀਂ ਦਿਓ ਤਾਂ ਸਕੂਲ ਨਹੀਂ ਆਉਣਾ ਇਗਜ਼ਾਮ ਦਿੱਤਾ ਜਾਏਗਾ ਹਾਲਾਂਕਿ ਉਹੀ ਜਜਮੈਂਟ ਕਹਿੰਦੇ ਕਿ ਤੁਸੀਂ ਕਿਸੇ ਬੱਚੇ ਨੂੰ ਤੰਗ ਨਹੀਂ ਕਰੋਗੇ ਕਿਸੇ ਬੱਚੇ ਦੇ ਐਡਮਿਸ਼ਨ ਕੈਂਸਲ ਨਹੀਂ ਕਰੋਗੇ ਫਿਰ ਵੀ ਹੋ ਰਿਹਾ ਉਹ ਹਰ ਪੇਰੈਂਟਸ ਅਲੱਗ ਅਲੱਗ ਫਾਈਟ ਨਹੀਂ ਕਰ ਸਕਦਾ ਇਸ ਲਈ ਇਸ ਸੰਦਰਭ ਵਿੱਚ ਅਸੀਂ ਇੱਕ ਤਰ੍ਹਾਂ ਦੀ ਅਪੀਲ ਹੀ ਕੀਤੀ ਉਹਨਾਂ ਸਕੂਲਾਂ ਨੂੰ ਤੁਸੀਂ ਧਰਮ ਦੇ ਰਸਤੇ ਤੇ ਆ ਜਾਓ ਚੰਗੇ ਕੰਮ ਕਰਨ ਦੇ ਰਸਤੇ ਤੇ ਫਿਰ ਸਰ ਇੱਕ ਗੱਲ ਤੁਸੀਂ ਖੁਦ ਕਹੀ ਕਿ ਜਿਹੜੇ ਅਧਿਆਪਕ ਜਿਹੜੇ ਸਕੂਲਾਂ ਦੇ ਵਿੱਚ ਆ ਰਹੇ ਸੀਗੇ ਉਹਨਾਂ ਦੀ ਵੀ ਕੋਵਿਡ ਦੇ ਦੌਰਾਨ ਜਿਹੜੀ ਉਹਨਾਂ ਦੀ ਵੀ ਫੀਸਾਂ ਸੀਗੀਆਂ ਉਹਨਾਂ ਦੀ ਸੈਲਰੀ ਸੀ ਉਹ ਦਿੱਤੀਆਂ ਨਹੀਂ ਗਈਆਂ ਲੇਕਿਨ ਜਿਹੜੇ ਸਕੂਲ ਹੈਗੇ ਉਹ ਫੀਸਾਂ ਪੂਰੀਆਂ ਹੋ ਰਹੇ ਨੇ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਅਧਿਆਪਕ ਹੈਗੇ ਉਹ ਵੀ ਆਪਣਾ ਪ੍ਰੋਟੈਸਟ ਕਰ ਰਹੇ ਨੇ ਤੇ ਕਿਤੇ ਤੁਸੀਂ ਅੱਗੇ ਆਪਣੇ ਨਾਲ ਅਧਿਆਪਕਾਂ ਨੂੰ ਦੇਖ ਸਕਦੇ ਹੋ ਸਾਰੇ ਕੋਰਟਾਂ ਦੇ ਫੈਸਲੇ ਨੇ ਕਿਹਾ ਕਿ ਅਧਿਆਪਕ ਦੀ ਕਮੀ ਨਹੀਂ ਆ ਕਿਸੇ ਸਕੂਲ ਹੋਊਗੇ ਇੱਥੇ ਅਧਿਆਪਕ ਨੂੰ ਪਤਾ ਕਿ ਉਹਨਾਂ ਕੋਲ ਪੈਸੇ ਨਹੀਂ ਹੈ ਤਾਂ ਉਹਨਾਂ ਨੂੰ ਨਹੀਂ ਮੰਗੀ ਹੋਊਗੀ ਪਰ ਅਕਸਰ ਸਕੂਲਾਂ 'ਚ ਅਧਿਆਪਕ ਦੀ ਫੀਸ ਮਿਲ ਰਹੀ ਉਹਨਾਂ ਦੀ ਸੈਲਰੀ ਜਿਹੜੇ ਐਡਹੋਕ ਤੇ ਹੈਗੇ ਆ ਉਹਨਾਂ ਦੀਆਂ ਬਹੁਤ ਕੱਟੀਆਂ ਲਈਆਂ ਨੇ ਕਿਸੇ ਨੂੰ ਬਿਲਕੁਲ ਨਹੀਂ ਮਿਲੀ ਅਸੀਂ ਬਹੁਤ ਸਾਰੇ ਅਧਿਆਪਕਾਂ ਦੀ ਗੱਲ ਕਰਕੇ ਆਏ ਹਾਂ ਉਹਨਾਂ ਦੀ ਕਿਸੇ ਨੂੰ ਤਾਂ ਬਿਲਕੁਲ ਨਹੀਂ ਮਿਲੀ ਕਿਸੇ ਨੂੰ ਕੱਟ ਕਟਾ ਕੇ ਪੂਰੀ ਕਰਕੇ 4-5 ਹਜ਼ਾਰ ਅਧਿਆਪਕ ਸਾਡੇ ਕੋਲ ਕੋਈ ਆਏ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਉਹ ਗਰੁੱਪ ਆ ਸਕੇ ਕਿਉਂਕਿ ਅਲਟੀਮੇਟਲੀ ਚੰਗੇ ਬੰਦਿਆਂ ਦੀ ਜਿਹੜੀ ਸਾਂਝ ਹੈ ਉਹੀ ਪਾਵਰ ਦਿੰਦੀ ਹੈ ਸਮਾਜ ਨੂੰ ਵੀ ਤਾਂ ਸਰਕਾਰ ਨੂੰ ਮਜ਼ਬੂਤ ਕਰਦੀ ਹੈ ਚੰਗੇ ਵੱਡੇ ਸਕੂਲਾਂ ਨੂੰ ਵੀ ਮਜ਼ਬੂਰ ਕਰਾਂਗੇ ਕਿ ਤੁਸੀਂ ਟੀਚਰਸ ਨੂੰ ਵੀ ਪੂਰੀ ਸੈਲਰੀ ਦਿਓ ਤਾਂ ਬੱਚਿਆਂ ਨੂੰ ਵੀ ਪੜ੍ਹਾਓ ਜੇ ਥੋੜ੍ਹਾ ਜਿਹਾ ਕੈਪੀਟਲ ਇੱਕ ਸਾਲ ਵਿੱਚ ਘੱਟ ਹੋ ਜਾਏਗਾ ਤਾਂ ਕੋਈ ਗੱਲ ਨਹੀਂ ਅਗਲੇ ਸਾਲ ਫਿਰ ਮੁਨਾਫਾ ਹੋ ਜਾਏਗਾ ਇਹ ਕੋਈ ਇੰਨੀ ਵੱਡੀ ਗੱਲ ਤਾਂ ਨਹੀਂ ਕਿ ਤੁਸੀਂ ਪੜ੍ਹਾਈ ਇੰਨੀ ਜ਼ਰੂਰੀ ਹੈ ਕਿ ਤੁਹਾਨੂੰ ਤੁਸੀਂ ਲੋਸ ਵਿੱਚ ਜਾ ਨਹੀਂ ਸਕਦੇ ਤੇ ਇੱਕ ਹੋਰ ਜਿਹੜੀ ਚੀਜ਼ ਹੁਣ ਆ ਰਹੀ ਹੈ ਕੋਵਿਡ ਨਾਲ ਜਿਹੜਾ ਦੂਜੀ ਲਹਿਰ ਹੈਗੀ ਆ ਉਹ ਬਹੁਤ ਜ਼ਿਆਦਾ ਫੈਲ ਰਹੀ ਹੈਗੀ ਹੈ ਤੇ ਦੁਬਾਰਾ ਲੋਕਡਾਊਨ ਦੀ ਜਿਹੜੀ ਕਾਲ ਹੈਗੀ ਉਹ ਆ ਰਹੀ ਹੈ ਪਹਿਲਾਂ ਤੋਂ ਵੀਕਐਂਡ ਲੋਕਡਾਊਨ ਦੀ ਕਾਲ ਆ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਵੀ ਤੇ ਅੱਗੇ ਅਗਰ ਲੋਕਡਾਊਨ ਹੋਰ ਹੁੰਦਾ ਆ ਤੇ ਕਿੰਨਾ ਕੁ ਇਫੈਕਟ ਹੋਰ ਦੇਖਣ ਨੂੰ ਮਿਲਦਾ ਹੁਣ ਤਾਂ ਐਕਚੁਅਲੀ ਜਿਹੜੀ ਸਮਾਜ ਦੇ ਦੇਖੋ ਸਾਰਾ ਸਮਾਜ ਅਪੋਜ਼ ਕਰ ਰਿਹਾ ਲੋਕਡਾਊਨ ਜੀ ਲੋਕਡਾਊਨ ਕਿਸੇ ਪਾਸੇ ਵੀ ਸਕਸੈਸਫੁਲ ਨਹੀਂ ਹੋਇਆ ਪਰ ਹੋਰ ਤਾਂ ਇੱਕ ਸਰਕਾਰੀ ਦ੍ਰਿਸ਼ਟੀਕੋਣ ਹੈ ਉਹ ਵੀ ਦੱਸ ਰਿਹਾ ਕਿ ਲੋਕਡਾਊਨ ਸੋਸ਼ਲ ਡਿਸਟੈਂਸ ਮਾਸਕਿੰਗ ਹੈ ਬਿਮਾਰੀ ਵਧਾਈ ਹੈ ਬਿਮਾਰੀ ਘਟਾਈ ਨਹੀਂ ਬਿਲਕੁਲ ਉਹ ਐਗਜ਼ਾਮਪਲ ਦੇ ਰਹੇ ਹੈ ਕਿ ਜਿੱਦਾਂ ਅੱਗੇ ਐਂਟੀਬਾਇਓਟਿਕਸ ਜੇ ਤੁਸੀਂ ਦੇਦੇ ਹੋ ਤਾਂ ਕੁਛ ਐਂਟੀਬਾਇਓਟਿਕ ਜਦੋਂ ਬਹੁਤ ਜ਼ਿਆਦਾ ਯੂਜ਼ ਕਰਦੇ ਹੋ ਤਾਂ ਐਂਟੀਬਾਇਓਟਿਕ ਰੈਜ਼ਿਸਟੈਂਟ ਬੈਕਟੀਰੀਆ ਪੈਦਾ ਹੋ ਜਾਂਦਾ ਇਸੇ ਤਰ੍ਹਾਂ ਇਹਨਾਂ ਨੇ ਜਦੋਂ ਬਹੁਤ ਜ਼ਿਆਦਾ ਲੋਕਡਾਊਨ ਕਰਕੇ ਸਭ ਨੂੰ ਘਰ ਬਿਠਾ ਦਿੱਤਾ ਹੈਲਦੀ ਬੰਦੇ ਨੂੰ ਘਰ ਬਿਠਾ ਦਿੱਤਾ ਤਾਂ ਜਿਹੜਾ ਜਿਹੜੀ ਜਿਹੜੀ ਸਪਰੈਡ ਹੈ ਉਹ ਜ਼ਿਆਦਾ ਹੋਈ ਤੁਸੀਂ ਦੇਖਿਆ ਹੋਗਾ ਜੋ ਜੋ
ਮਾਸ ਲੈਵਲ ਤੇ ਵੈਕਸੀਨੇਸ਼ਨ ਕਰੋਗੇ ਇਹ ਬਿਲਕੁਲ ਉਹੋ ਜਿਹੀ ਗੱਲ ਹੈ ਜਿੱਦਾਂ ਅਸੀਂ ਮਾਸ ਲੈਵਲ ਤੇ ਐਂਟੀਬਾਡੀਜ਼ ਵੰਡਣ ਲੱਗ ਪਏ ਥੋੜ੍ਹੀ ਦੇਰ ਲਈ ਤੁਹਾਡੇ ਜ਼ਰੂਰ ਉਹ ਬੈਕਟੀਰੀਆ ਖਤਮ ਹੋ ਜਾਏਗਾ ਬਟ ਜਿਹੜਾ ਬੈਕਟੀਰੀਆ ਉਸ ਵੈਕਸੀਨੇਸ਼ਨ ਤੋਂ ਸਕੇਪ ਕਰ ਲੇਗਾ ਉਹ ਵਿਰੂਲੈਂਟ ਵਰਾਇਟੀ ਆਏਗੀ ਔਰ ਐਗਜੈਕਟਲੀ ਹੁਣ ਉਹ ਦੇਖਣ ਦੀ ਆ ਰਹੀ ਜਿਹੜਾ ਹੁਣ ਸੈਕਿੰਡ ਵੇਵ ਹੈ ਉਹ ਵਿਰੂਲੈਂਟ ਹੈ ਅਲਟੀਮੇਟਲੀ ਸਾਰੇ ਸਾਇੰਟਿਸਟ ਕਹਿ ਰਹੇ ਆ ਗਵਰਨਮੈਂਟ ਨੂੰ ਵੀ ਕਹਿ ਰਹੇ ਕਿ ਤੁਸੀਂ ਰੀ ਐਗਜ਼ਾਮਿਨ ਕਰੋ ਆਪਣੀ ਪੋਲਿਸੀਜ਼ ਤੁਸੀਂ ਹਰ ਬੰਦੇ ਨੂੰ ਵੈਕਸੀਨੇਸ਼ਨ ਹਰ ਬੰਦੇ ਨੂੰ ਲੋਕਡਾਊਨ ਨਾ ਕਰੋ ਨੈਚੁਰਲ ਕੋਰਸ ਇਹ ਹੁੰਦਾ ਕਿ ਜਿਹੜਾ ਬੰਦਾ ਬਿਮਾਰ ਹੁੰਦਾ ਉਹ ਤਾਂ ਘਰ ਬੈਠੇ ਤਾਂ ਬਾਕੀ ਬੰਦੇ ਆਪਣੀ ਜ਼ਿੰਦਗੀ ਚੱਲੀ ਜਾਂਦੇ ਹਰ ਬੰਦੇ ਇੱਦਾਂ ਦੇ ਬੈਕਟੀਰੀਆ ਔਰ ਇੱਦਾਂ ਦੇ ਵਾਇਰਸਿਸ ਕੰਟੀਨਿਊਸਲੀ ਵਰਾਇਟੀ ਵੇਰੀਐਂਟਸ ਬਣੀ ਜਾ ਰਹੇ ਆਰਡੀਨਲੀ ਕਿਆ ਹੁੰਦਾ ਕਿ ਜਿੰਨਾ ਵਿਰੂਲੈਂਟ ਵੇਰੀਐਂਟ ਹੁੰਦਾ ਜਿਹੜਾ ਬੰਦੇ ਨੂੰ ਬਿਮਾਰ ਕਰ ਲੈਂਦਾ ਉਹ ਤਾਂ ਘਰ ਬੈਠ ਜਾਂਦਾ ਉਹਦਾ ਸਪਰੈਡ ਘੱਟ ਹੋ ਜਾਂਦਾ ਤਾਂ ਜਿਹੜਾ ਨੋਰਮਲ ਵਾਇਰਸ ਹੈ ਉੱਥੇ ਲੋਕ ਚੱਲਦੇ ਫਿਰਦੇ ਅਤੇ ਜਿਹੜਾ ਤੁਹਾਨੂੰ ਬਿਮਾਰ ਨਹੀਂ ਕਰਦੇ ਤਾਂ ਉਹਦਾ ਸਪਰੈਡ ਵੱਧਦਾ ਰਹਿੰਦਾ ਅਤੇ ਇੱਕ ਨੈਚੁਰਲ ਬੈਲੈਂਸ ਰਹਿੰਦਾ ਜੋ ਤੁਸੀਂ ਹੈਲਦੀ ਬੰਦੇ ਨੂੰ ਵੀ ਮਜਬੂਰ ਘਰ ਬਿਠਾ ਰਹੇ ਹੋ ਤਾਂ ਜਿਹੜਾ ਜਿਹੜਾ ਹੈਲਦੀ ਵਾਇਰਸ ਦਾ ਸਪਰੈਡ ਨਹੀਂ ਉਨਾ ਹੁੰਦਾ ਤਾਂ ਜਦੋਂ ਹੈਲਦੀ ਵਾਇਰਸ ਦਾ ਸਪਰੈਡ ਨਹੀਂ ਹੋਵੇ ਤਾਂ ਫਿਰ ਜਿਹੜਾ ਵਿਰਲ ਵਰਾਇਟੀ ਉਹ ਵੱਧ ਜਾਏ ਇਹ ਬੈਲੈਂਸ ਡਿਸਟਰਬ ਹੋ ਰਿਹਾ ਜਿਹੜਾ ਬੇਸਿਕਲੀ ਸੋਸ਼ਲ ਲੋਕਡਾਊਨ ਸੋਸ਼ਲ ਡਿਸਟੈਂਸ ਕੇ ਮਾਸਕ ਇੱਕ ਬੈਲੈਂਸ ਡਿਸਟਰਬ ਕਰ ਰਿਹਾ ਤਾਂ ਸਾਇੰਟਿਫਿਕਲੀ ਵੀ ਹੁਣ ਕਾਫੀ ਸਾਇੰਟਿਸਟ ਅਪੀਲ ਕਰ ਰਹੇ ਨੇ ਸਰਕਾਰ ਨੂੰ ਕਿ ਤੁਸੀਂ ਆਪਣੀ ਪੋਲਿਸੀ ਐਗਜ਼ਾਮਿਨ ਕਰੋ ਇਹ ਕਾਊਂਟਰ ਪ੍ਰੋਡਕਟਿਵ ਹੈ ਸਾਡੇ ਕੋਲ ਇੱਕ ਸਾਲ ਦਾ ਪੂਰਾ ਐਵੀਡੈਂਸ ਆ ਚੁੱਕਾ ਹੈ ਉਹਨਾਂ ਕੰਟਰੀਆਂ ਦੇ ਵਿੱਚ ਵਿਰਲ ਵਰਾਇਟੀ ਹੈ ਜਿੱਥੇ ਲੋਕਡਾਊਨ ਕੰਪਲੀਟ ਸੀ ਯੂਕੇ ਵਿੱਚ ਬਹੁਤ ਜ਼ਿਆਦਾ ਕੰਪਲੀਟ ਲੋਕਡਾਊਨ ਸੀ ਉਹ ਉੱਥੇ ਡੇਂਜਰਸ ਵਾਇਰਸ ਵੇਰੀਏਸ਼ਨ ਆ ਗਈ ਅਸੀਂ ਤਾਂ ਬਚ ਗਏ ਕੁੰਭ ਕਰਕੇ ਲੋਕਾਂ ਨੇ ਬਹੁਤ ਨਹੀਂ ਕੀਤਾ ਅਸੀਂ ਪਿੰਡ ਆ ਕੇ ਲੋਕਾਂ ਨੂੰ ਅਸੀਂ ਕਿਸਾਨ ਐਗਜੈਸ ਕਰਕੇ ਬਚ ਗਏ ਅਸੀਂ ਗੋਲਡਨ ਟੈਂਪਲ ਦੇ ਕਰਾਊਡ 'ਚ ਬਚ ਗਏ ਕਿ ਇੱਥੇ ਇੱਕ ਤਰ੍ਹਾਂ ਦੀ ਕਮਿਊਨਿਟੀ ਡਿਵੈਲਪ ਹੋ ਗਈ ਹਰਡ ਕਿਸੇ ਨੇ ਬਹੁਤ ਨਹੀਂ ਕੀਤਾ ਜੇ ਕਿਤੇ ਸਰਕਾਰ ਦੀ ਗੱਲ ਮੰਨ ਜਾਂਦੇ ਤਾਂ ਇੱਥੇ ਸਿਚੁਏਸ਼ਨ ਹੋਰ ਵੀ ਖਰਾਬ ਹੋਣੀ ਸੀ ਤੁਸੀਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਵਿੱਚ ਕਿ ਕਿਸਾਨੀ ਅੰਦੋਲਨ ਕਰਕੇ ਵੀ ਅਸੀਂ ਬਚ ਗਏ ਅਤੇ ਹੁਣੇ ਹੁਣੇ ਜਿਹੜੇ ਖੇਤੀਬਾੜੀ ਮੰਤਰੀ ਹੈਗੇ ਨਰਿੰਦਰ ਤੋਮਰ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਆ ਕਿ ਕੋਵਿਡ ਜਿਹੜਾ ਵੱਧਦਾ ਜਾ ਰਿਹਾ ਆ ਇਹਦਾ ਵਧਣ ਦਾ ਖਤਰਾ ਬਾਰਡਰਾਂ 'ਤੇ ਜ਼ਿਆਦਾ ਹੈਗਾ ਆ ਅਤੇ ਇਸ ਲਈ ਕਿਸਾਨਾਂ ਨੂੰ ਪਰਤ ਜਾਣਾ ਚਾਹੀਦਾ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਮੇਰਾ ਖਿਆਲ ਉਹਨਾਂ ਨੇ ਕੋਈ ਸਾਇੰਟਿਫਿਕ ਐਵੀਡੈਂਸ ਉਹਨਾਂ ਕੋਲ ਨਹੀਂ ਹੈ ਜਿਹੜੇ ਬੰਦੇ ਐਕਚੁਅਲੀ ਉੱਥੇ ਗਏ ਹੈ ਉੱਥੇ ਮੈਡੀਕਲ ਸੈਂਟਰ ਲੋਕ ਚਲਾ ਰਹੇ ਨੇ ਅਸੀਂ ਸਪੈਸੀਫਿਕਲੀ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਹਰ ਰੋਜ਼ ਮਰੀਜ਼ ਦੇਖਦੇ ਹੋ ਕਿੰਨੇ ਤੁਹਾਨੂੰ ਕੋਵਿਡ ਲਾਈਕ ਸਿੰਪਟਮਸ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਅਸੀਂ ਹੁਣ 8 ਮਹੀਨੇ ਹੋ ਗਏ ਨੇ ਪੂਰੀਆਂ ਸਰਦੀਆਂ ਦੇਖ ਲਈਆਂ ਉੱਥੇ ਹਾਰਟ ਅਟੈਕ ਦੇ ਆਏ ਸਕਿਨ ਡਿਜ਼ੀਜ਼ ਆਏ ਹੋਰ ਹਜ਼ਾਰ ਬਿਮਾਰੀਆਂ ਆਈਆਂ ਉੱਥੇ ਕੋਵਿਡ ਸਿੰਪਟਮਸ ਵਾਲੇ ਬੰਦੇ ਨਹੀਂ ਹਾਲਾਂਕਿ ਹਰ ਬੰਦਾ ਇੱਕ ਦੂਜੇ ਨੂੰ ਟੱਚ ਕਰ ਰਿਹਾ ਇਹਦਾ ਮਤਲਬ ਹੈ ਕਿ ਜਿਹੜਾ ਜਿਹੜਾ ਹੁਣ ਸਾਇੰਟਿਸਟ ਕਹਿੰਦੇ ਜ਼ਿਆਦਾ ਵੈਲਿਡ ਹੈ ਉੱਥੇ ਇੱਕ ਇਮਿਊਨਿਟੀ ਡਿਵੈਲਪ ਹੋ ਰਹੀ ਹੈ ਜਿਹੜੀ ਕਿ ਲੋਕਡਾਊਨ ਸ਼ਹਿਰਾਂ ਵਿੱਚ ਨਹੀਂ ਹੋ ਰਹੀ ਕਿਸੇ ਕਰਕੇ ਜਿਹੜੀ ਡੇਂਜਰਸ ਵਰਾਇਟੀ ਹੈ ਔਰ ਉਹ ਲੋਕ ਕਰ ਵੀ ਨਹੀਂ ਰਹੇ ਡੇਂਜਰਸ ਵਰਾਇਟੀ ਸਿਰਫ ਉੱਥੇ ਜ਼ਿਆਦਾ ਸ਼ਹਿਰਾਂ ਵਿੱਚ ਹੋ ਰਹੀ ਜਿੱਥੇ ਲੋਕਡਾਊਨ ਇਨਫੋਰਸਮੈਂਟ ਬਹੁਤ ਜ਼ਿਆਦਾ ਸਟ੍ਰਿਕਟ ਹੈਗੀ ਹੈ ਸੋ ਮਿਨਿਸਟਰ ਸਾਹਿਬ ਨੇ ਸਾਇੰਟਿਫਿਕਲੀ ਉਹਨਾਂ ਸਟੇਟਮੈਂਟ ਗਲਤ ਹੈਗੀ ਹੈ ਐਗਜ਼ਿਸਟਿੰਗ ਸਾਇੰਟਿਫਿਕ ਐਵੀਡੈਂਸ ਦੇ ਮੁਤਾਬਿਕ ਵੀ ਗਲਤ ਹੈ ਤੇ ਇਹ ਸੀਗੇ ਆਰ ਐਸ ਬੈਂਸ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਜਿਹੜਾ ਸਕੂਲਾਂ ਦਾ ਜਿਹੜਾ ਅੱਤਿਆਚਾਰ ਕੀਤਾ ਜਾ ਰਿਹਾ ਹੈ ਜਿਹੜੇ ਪੇਰੈਂਟਸ ਹੈਗੇ ਆ ਸਟੂਡੈਂਟਸ ਦੇ ਉਹ ਕਿੰਨਾ ਕੁ ਗਲਤ ਹੈਗਾ ਆ ਅਤੇ ਕਿਸ ਤਰੀਕੇ ਨਾਲ ਅੱਗੇ ਕੀ ਪ੍ਰੋਸੈਸ ਫੋਲੋ ਕੀਤਾ ਜਾਏਗਾ ਕਿਸ ਤਰੀਕੇ ਨਾਲ ਲੜਾਈ ਕੀਤੀ ਜਾਏਗੀ ਅਤੇ ਕਿਤੇ ਨਾ ਕਿਤੇ ਜੇਕਰ ਅਧਿਆਪਕ ਵੀ ਉਹਨਾਂ ਨਾਲ ਜੁੜਨਾ ਚਾਹੁੰਗੇ ਜਿਹੜੇ ਉਹਨਾਂ ਨੂੰ ਕਿਤੇ ਨਾ ਕਿਹਾ ਜਾ ਰਿਹਾ ਸੀਗਾ ਕਿ ਕੋਵਿਡ ਦੌਰਾਨ ਅਧਿਆਪਕਾਂ ਦੀ ਵੀ ਜਿਹੜੀ ਸੈਲਰੀ ਹੈਗੀ ਹੈ ਉਹ ਕੱਟੀ ਗਈ ਸੀ ਉਹ ਵੀ ਨਹੀਂ ਆਈ ਅਧਿਆਪਕ ਵੀ ਆਪਣਾ ਜਾਂ ਪ੍ਰੋਟੈਸਟ ਸੀਗੇ ਪਿੱਛੇ ਜੇ ਕਰ ਰਹੇ ਸੀਗੇ ਕੈਮਰਾਮੈਨ ਰਾਜੇਸ਼ ਦੇ ਨਾਲ ਅਨੁਜਾ ਸ਼ਰਮਾ ਦੇਸ਼ ਪ੍ਰਦੇਸ਼ ਟੀਵੀ ਚੰਡੀਗੜ੍ਹ।